ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸੰਗਤ ਜੀ ਜਦੋਂ ਕੋਈ ਬੰਦਾ ਦੁਨਿਆਵੀ ਤੌਰ ਤੇ ਜਾਂ ਫਿਰ ਸੰਸਾਰੀ ਤੌਰ ਤੇ ਕਹਿ ਲਵੋ ਉਹ ਕਾਮਯਾਬ ਹੋ ਜਾਂਦਾ ਹੈ ਯਾਨੀ ਕਿ ਧਨ ਦੌਲਤ ਜ਼ਮੀਨ ਜਾਇਦਾਦ ਇਕੱਠੀ ਹੋ ਜਾਵੇ ਉਸ ਕੋਲ ਜਾਂ ਉਹਦੇ ਬੱਚੇ ਬਾਹਰ ਚਲੇ ਜਾਣ ਤਾਂ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਇਹਦੇ ਉੱਤੇ ਰੱਬ ਦੀ ਬੜੀ ਕਿਰਪਾ ਹੈ ਇਹਦੇ ਉੱਤੇ ਰੱਬ ਬੜਾ ਪ੍ਰਸੰਨ ਹੈ ਪਰ ਸਤਿਗੁਰ ਜੀ ਦੀ ਬਾਣੀ ਦੇ ਇਸ ਗੱਲ ਉੱਤੇ ਫੈਸਲਾ ਕੁਝ ਹੋਰ ਦਿੱਤਾ ਹੈ ਕਿਸੇ ਕੋਲ ਧਨ ਦੌਲਤ ਸੁੱਖ ਸੁਵਿਧਾਵਾਂ ਬਹੁਤ ਹੋਣ ਮਾਫ ਕਰਿਓ ਸੰਗਤ ਜੀ ਇਹ ਨਹੀਂ ਕਿ ਉਹਦੇ ਉੱਤੇ ਰੱਬ ਪ੍ਰਸੰਨ ਹੈ ਗੁਰੂ ਦੀ ਇਹ ਵਿਆਖਿਆ ਨਹੀਂ ਹੈ ਰੱਬ ਦੀ ਕਿਰਪਾ ਅਤੇ ਰੱਬ ਦੇ ਪ੍ਰਸੰਨ ਹੋਣ ਦੀ ਵਿਆਖਿਆ ਕੁਝ ਹੋਰ ਹੈ। ਗੁਰੂ ਮਹਾਰਾਜ ਅਨੁਸਾਰ ਜਿਹਦੇ ਉੱਤੇ ਰੱਬ ਬਹੁਤ ਪ੍ਰਸੰਨ ਹੋਵੇ ਉਸ ਬੰਦੇ ਨੂੰ ਅਤੇ ਉਹਦੇ ਪਰਿਵਾਰ ਨੂੰ ਰੱਬ ਦੋ ਬਖਸ਼ੀਸ਼ਾਂ ਮਖਸ਼ਦਾ ਹੈ। ਜਿਹਦੇ ਉੱਤੇ ਦੋ ਬਖਸ਼ੀਸ਼ਾਂ ਹੋਣ ਸਮਝ ਲਓ ਕਿ ਰੱਬ ਉਹਦੇ ਉੱਤੇ ਬਹੁਤ ਪ੍ਰਸੰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਕੀਤਾ ਹੈ ਪਹਿਲੀ ਬਖਸ਼ੀਸ਼ ਇਹ ਕੀਤੀ ਹੈ ਜਿਨ ਕੋ ਭਏ ਦਿਆਲ ਤਿੰਨ ਸਾਧ ਸੰਗ ਭਇਆ ਗੁਰੂ ਸਾਹਿਬ ਕਹਿੰਦੇ ਨੇ ਕਿ ਪਹਿਲੀ ਬਖਸ਼ੀਸ਼ ਦੀ ਨਿਸ਼ਾਨੀ ਇਹ ਹੈ ਕਿ ਉਹ ਮਾਨਵ ਯਾਨੀ ਕਿ ਉਹ ਮਾਨਸ ਗੁਰੂ ਵਾਲਾ ਬਣਦਾ ਹੈ ਉਹਨੂੰ ਸਤਗੁਰ ਦੀ ਸੰਗਤ ਮਿਲਦੀ ਹੈ ਉਹਨੂੰ ਗੁਰੂ ਦੀ ਸਾਧੂ ਸੰਗਤ ਨਸੀਬ ਹੁੰਦੀ ਹੈ। ਉਹ ਮਾਨਸ ਜਨਮ ਵਿੱਚ ਗੁਰੂ ਵਾਲਾ ਬਣਦਾ ਹੈ। ਨਹੀਂ ਤੇ ਲੋਕਾਂ ਦੀਆਂ ਸਲਾਹਾਂ ਕਰਦਿਆਂ ਹੀ 20-20 ਸਾਲ ਲੰਘ ਜਾਂਦੇ ਨੇ। ਕੋਈ ਗੁਰੂ ਵਾਲਾ ਨਹੀਂ ਬਣਦਾ। ਬਹੁਤ ਸਮਾਂ ਕੱਢ ਦਿੰਦੇ ਨੇ ਕਿ ਆਪਾਂ ਗੁਰੂ ਵਾਲੇ ਬਣੀਏ। ਅੰਮ੍ਰਿਤ ਛਕਿਏ ਨਿਤਨੇਮ ਕਰੀਏ। ਨਿਤਨੇਮ ਬਣਾਉਂਦਿਆਂ ਹੀ ਕਈ-ਕਈ ਸਾਲ ਲੰਘ ਜਾਂਦੇ ਨੇ। ਤਈ ਤਾਂ ਐਦਾਂ ਸੋਚਦੇ ਨੇ ਕਿ ਬਸ ਆ ਬੱਚੇ ਵਿਆਹੇ ਜਾਣ ਵਿਹਲੇ ਹੋ ਜਾਈਏ ਫਿਰ ਨਾਮ ਜਪਾਂਗੇ ਬਸ ਆ ਕੋਠੀ ਵਢੀ ਕਰ ਲਈਏ ਉਹਦੇ ਵਿੱਚ ਇੱਕ ਕਮਰਾ ਬਣਾ ਕੇ ਉੱਥੇ ਬਹਿ ਕੇ ਨਿਤਨੇਮ ਕਰਾਂਗੇ ਸੋ ਸੰਗਤ ਜੀ ਇਹ ਬਹੁਤ ਵੱਡੀ ਭੁੱਲ ਹੈ ਮਨੁੱਖੀ ਜਨਮ ਦੀ ਜਿੰਨੇ ਛੋਟੇ ਘਰ ਚ ਨਾਮ ਨਹੀਂ ਜਪਣਾ ਉਹ ਭਾਵੇਂ ਵੱਡਾ ਘਰ ਬਣਾ ਲਵੇ ਉਹ ਨਾਮ ਨਹੀਂ ਜਪੇਗਾ ਜਿਹੜਾ ਪਰਿਵਾਰ ਚ ਨਿਤਨੇਮ ਨਹੀਂ ਕਰ ਸਕਿਆ ਉਹ ਬੱਚੇ ਵਿਹਉਣ ਤੋਂ ਬਾਅਦ ਵੀ ਨਾਮ ਨਹੀਂ ਜਪ ਸਕਦਾ ਕਿਉਂਕਿ ਉਹ ਬੱਚੇ ਵਿਹਉਣ ਤੋਂ ਬਾਅਦ ਵੀ ਵੇਲਾ ਨਹੀਂ ਹੋ ਸਕਦਾ ਦੁਨਿਆਵੀ ਕੰਮ ਕਦੇ ਮੁੱਕਦੇ ਨਹੀਂ ਦੁਨਿਆਵੀ ਰਿਸ਼ਤੇ ਵਧਦੇ ਨੇ ਕੁੜਮਾਚਾਰੀ ਵੱਧਦੀ ਹੈ ਆਪਾਂ ਸਾਰੇ ਦੇਖਦੇ ਹਾਂ ਕਿਹੜਾ ਬਜ਼ੁਰਗ ਬੰਦਾ ਵੇਲਾ ਦੇਖਦਾ ਹੈ ਘਰ ਵਿੱਚ ਆ ਕਰ ਲੋ ਉਹ ਕੰਮ ਕਰ ਲੋ ਬਾਪੂ ਜੀ ਜੇ ਵਿਹਲੇ ਹੋ ਉਹ ਬਿੱਲ ਭਰ ਆਓ ਸਿਲੰਡਰ ਲੈ ਆਓ ਫੀਸ ਭਰ ਆਓ ਬੱਚਿਆਂ ਨੂੰ ਲੈ ਆਓ ਭਾਵ ਇਹ ਹੈ ਸੰਗਤ ਜੀ ਜਿਨਨੇ ਆਪਣਾ ਨਿਤਨੇਮ ਪਹਿਲਾਂ ਨਹੀਂ ਬਣਾਇਆ ਉਹ ਬਾਅਦ ਵਿੱਚ ਵੀ ਨਹੀਂ ਬਣਾ ਪਾਏਗਾ ਜਿੰਨੂੰ ਸਕੂਟਰ ਸਾਈਕਲ ਤੇ ਵੈਗਰੂ ਚੇਤੇ ਨਹੀਂ ਉਹਨੂੰ ਕਾਰਾਂ ਲੈ ਕੇ ਚੇਤੇ ਨਹੀਂ ਆਉਣਾ ਗੁਰੂ ਜੀ ਕਹਿੰਦੇ ਨੇ ਉਹਦੇ ਖੁਸ਼ ਹੋਣ ਦੀ ਇੱਕ ਨਿਸ਼ਾਨੀ ਹੈ ਪਹਿਲੀ ਨਿਸ਼ਾਨੀ ਹੈ ਉਹ ਗੁਰੂ ਵਾਲਾ ਬਣਦਾ ਹੈ ਉਹਨੂੰ ਗੁਰੂ ਦੀ ਸੰਗਤ ਮਿਲਦੀ ਹੈ ਫਿਰ ਗੁਰੂ ਕਿਰਪਾ ਜ਼ਰੂਰ ਕਰੇਗਾ ਉਹ ਸੰਗਤ ਵਿੱਚ ਬਿਠਾ ਕੇ ਆਪਣਾ ਨਾਮ ਜਪਾਉਂਦਾ ਹੈ ਇਹ ਵੈਗੁਰੂ ਦੀ ਦੂਜੀ ਨਿਸ਼ਾਨੀ ਹੈ ਨਹੀਂ ਤੇ ਇੰਨੀ ਦੁਨੀਆ ਵੱਸਦੀ ਹੈ ਸਾਰੀ ਦੁਨੀਆ ਤੇ ਇੱਥੇ ਨਹੀਂ ਆ ਸਕਦੀ ਹਰ ਬੰਦੇ ਨੂੰ ਬੈਠਣ ਦਾ ਹੁਕਮ ਨਹੀਂ ਜੇਕਰ ਬੰਦੇ ਦੇ ਭਾਗ ਹੀ ਮਾਰੇ ਹੋਣ ਬੰਦੇ ਦੇ ਭਾਗ ਲੜੀ ਕਮਜ਼ੋਰ ਹੋਵੇ ਫਿਰ ਉਹ ਗੁਰੂਦਵਾਰੇ ਦੇ ਕੋਲ ਵੀ ਬੈਠਾ ਹੋਵੇ ਫਿਰ ਉਸ ਨੂੰ ਉੱਥੇ ਮੱਥਾ ਟੇਕਣ ਦਾ ਹੁਕਮ ਨਹੀਂ ਜੀ ਦੇ ਭਾਗਾ ਵਿੱਚ ਹੈ ਉਹ ਕਈ ਮੀਲ ਦੂਰ ਤੋਂ ਵੀ ਆ ਜਾਏਗਾ ਸੰਗਤ ਜੀ ਇਹ ਕਰਮਾ ਦੀ ਨਿਸ਼ਾਨੀ ਹੈ ਇਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਭਿਣ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੇ ਜੀਓ ਵਾਹਿਗੁਰੂ ਜੀ ਕੋਲ ਸੰਗਤ ਹੋ ਰਹੀ ਹੋਵੇ ਬਿਨਾ ਭਾਗਾ ਤੋਂ ਨਹੀਂ ਮਿਲਦੀ ਤਾਂ ਹਜੂਰ ਲਿਖਦੇ ਨੇ ਜਿਨ ਕੋ ਭਏ ਦਿਆਲ ਜਿਦੇ ਤੇ ਰੱਬ ਖੁਸ਼ ਹੋਇਆ ਹੋਵੇ ਓਸੀ ਨਿਸ਼ਾਨੀ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਵਾਹਿਗੁਰੂ ਜੀ ਦੂਜੀ ਬਖਸ਼ੀਸ਼ ਕਰਦੇ ਨੇ ਅਮਰਤ ਹਰਕਾ ਨਾਮ ਤਿਨੀ ਜਨੀ ਜਪ ਲਿਆ ਉਹਨਾਂ ਕੋਲੋਂ ਆਪਣਾ ਨਾਮ ਜਪਾਇਆ ਜਿੰਨਾ ਉੱਤੇ ਰੱਬ ਪ੍ਰਸੰਨ ਹੁੰਦਾ ਹੈ ਨਹੀਂ ਤਾਂ ਸੰਗਤ ਜੀ ਆਪਾਂ ਆਪਣੀ ਮਰਜ਼ੀ ਨਾਲ ਵਾਹਿਗੁਰੂ ਵੀ ਨਹੀਂ ਕਹਿ ਸਕਦੇ ਆਪਣੀ ਮਰਜ਼ੀ ਨਾਲ ਉਸ ਅਕਾਲ ਪੁਰਖ ਦਾ ਨਾਮ ਵੀ ਨਹੀਂ ਜਪਿਆ ਜਾ ਸਕਦਾ ਇਹ ਉਸ ਦੀ ਨਦਰ ਹੋਵੇ ਕਿਰਪਾ ਹੋਵੇ ਫਿਰ ਤੁਸੀਂ ਜਪ ਸਕਦੇ ਹੋ ਨਹੀਂ ਤਾਂ ਉਹਦੀ ਬਖਸ਼ੀਸ਼ ਤੇ ਪ੍ਰਸੰਤਾ ਤੋਂ ਬਗੈਰ ਗੁਰੂ ਵਾਲਾ ਬਣ ਹੀ ਨਹੀਂ ਸਕਦਾ ਇੱਕ ਵਾਰ ਦੋ ਭਰਾ ਸਨ ਉਹ ਕਹਿੰਦੇ ਵੀ ਆਪਾਂ ਹੁਣ ਕੁੜਮਾਂ ਵਾਲੇ ਹੋ ਗਏ ਹਾਂ ਹੁਣ ਆਪਾਂ ਇਹ ਸ਼ਰਾਬ ਦਾ ਕੰਮ ਛੱਡ ਦਈਏ ਕਿਉਂਕਿ ਹੁਣ ਕੁੜਮਾਉਂਦੇ ਨੇ ਤੇ ਅੰਮ੍ਰਿਤ ਛਕ ਲਈਏ ਫਿਰ ਉਹਨਾਂ ਇੱਕ ਕਾਰ ਵੀ ਖਰੀਦ ਲਿਆਉਂਦੇ ਅਗਲੇ ਦਿਨ ਸਵੇਰੇ ਉੱਠ ਕੇ ਕਿਸੇ ਇਸ਼ਨਾਨ ਕੀਤਾ ਅਤੇ ਇੱਕ ਕਾਰ ਆਪਣੇ ਝੋਲੇ ਵਿੱਚ ਪਾਏ ਜਿੱਥੇ ਅੰਮ੍ਰਿਤ ਸੰਚਾਰ ਹੋਣਾ ਸੀ ਉਹ ਉੱਥੇ ਜਾਣ ਲਈ ਬੱਸ ਤੇ ਚੜ ਗਏ ਜਦੋਂ ਕਹਿੰਦੇ ਕਿ ਉੱਥੇ ਜਾਣ ਲਈ ਬੱਸ ਬਦਲਣ ਲਈ ਉੱtre ਦੂਜੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ ਉਦੋਂ ਉੱਥੇ ਬਰੀਕ-ਬਰੀਕ ਕਣੀਆਂ ਦਾ ਮੀਂਹ ਪੈ ਰਿਹਾ ਸੀ ਸਵੇਰ ਦਾ ਵਕਤ ਸੀ ਉਨ੍ਹਾਂ ਵਿੱਚੋਂ ਇੱਕ ਭਰਾ ਕਹਿ ਰਿਹਾ ਸੀ ਵੀ ਸਾਹਮਣੇ ਇੱਕ ਸ਼ਰਾਬ ਵਾਲੀ ਦੁਕਾਨ ਹੈ ਉਸ ਦੀ ਉਸ ਤੇ ਨਜ਼ਰ ਪਈ ਉਹ ਆਪਣੇ ਭਰਾ ਨੂੰ ਕਹਿੰਦਾ ਅੰਮ੍ਰਿਤ ਫੇਰ ਨਹੀਂ ਕਿਤੇ ਛੱਕ ਸਕਦੇ ਤੇ ਉਸ ਦਾ ਭਰਾ ਕਹਿੰਦਾ ਹੁਣ ਠੇਕੇਵਾਲ ਨਾਲ ਦੇਖ ਆਪਣੇ ਮਨ ਨੂੰ ਸੰਭਾਲ ਇਹ ਭਾਗਾ ਨਾਲ ਮੌਕਾ ਮਿਲਿਆ ਹੈ ਇਹਨੂੰ ਖੰਜੋਣਾ ਨਹੀਂ ਜਦੋਂ ਕਰਮਾੜੇ ਹੋਣ ਬਸ ਲੇਟ ਸੀ ਉਸ ਦਾ ਵਾਰ-ਵਾਰ ਧਿਆਨ ਉਧਰ ਜਾ ਰਿਹਾ ਸੀ ਤੇ ਉਹ ਕਕਾਰਾਂ ਵਾਲਾ ਝੋਲਾ ਆਪਣੇ ਭਰਾ ਨੂੰ ਫੜਾ ਕੇ ਕਹਿੰਦਾ ਤੂੰ ਹੀ ਸ਼ਕਲ ਹੈ ਅਮਰਤ ਮੇਰੇ ਤੇ ਫੇਰ ਹੀ ਕਿਤੇ ਭਾਗ ਜਾਗਣਗੇ ਮੈਂ ਤਾਂ ਫੇਰ ਹੀ ਸ਼ਕੂੰਗਾ ਉਸਨੇ ਠੇਕੇ ਤੋਂ ਬੋਤਲ ਲਈ ਅੱਧੀ ਪੀ ਕੇ ਅੱਧੀ ਨਾਲ ਲੈ ਕੇ ਘਰ ਨੂੰ ਚਲਾ ਗਿਆ ਤੇ ਕਹਿੰਦਾ ਭਾਈ ਸਾਹਿਬ ਅੱਜ 17 ਸਾਲ ਹੋ ਗਏ ਉਸ ਬੰਦੇ ਨੂੰ ਉਸ ਦੇ ਭਾਗਾਂ ਵਿੱਚ ਅੰਮ੍ਰਿਤ ਦੀ ਦਾਤ ਨਹੀਂ ਸੀ ਉਹ ਹਜੇ ਤੱਕ ਸ਼ਰਾਬ ਪੀਂਦਾ ਹੈ ਇਸ ਲਈ ਸੰਗਤ ਜੀ ਗੁਰੂ ਦੀ ਦਾਤ ਬਿਨਾ ਭਾਗਾਂ ਤੋਂ ਨਹੀਂ ਮਿਲਦੀ ਬਿਨਾ ਕਰਮਾਂ ਤੋਂ ਗੁਰੂ ਪ੍ਰਸੰਨ ਨਹੀਂ ਹੁੰਦੇ ਕੋਈ ਵੀ ਬੰਦਾ ਜਿਹਦੇ ਕਰਮ ਮਾਰੇ ਹੋਣ ਉਹ ਗੁਰੂ ਵਾਲਾ ਨਹੀਂ ਬਣ ਸਕਦਾ ਪਰ ਹਾਂ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਦੇ ਲੜ ਲੱਗ ਕੇ ਨਾਮ ਜਪ ਕੇ ਆਪਾਂ ਇਹ ਕਰਮਾਂ ਨੂੰ ਬਦਲ ਸਕਦੇ ਹਾਂ ਜਦੋਂ ਸਮਾਂ ਲੱਗੇ ਨਾਮ ਜਪੋ ਇਹ ਬਿਲਕੁਲ ਨਾ ਸੋਚੋ ਕਿ ਫਿਰ ਜਪ ਲਵਾਂਗੇ ਬਸ ਵਾਹਿਗੁਰੂ ਸਿਮਰਨ ਕਰੋ ਹੌਲੀ-ਹੌਲੀ ਆਪੇ ਵਾਹਿਗੁਰੂ ਪ੍ਰਸੰਨ ਹੋਵੇਗਾ ਗੁਰੂ ਮਿਹਰ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਹੋਰ ਵੀ ਨਵੀਆਂ ਵੀਡੀਓਜ਼ ਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ